ਤੜਕੇ ਤੜਕੇ ਅੱਜ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਟ੍ਰੇਨਾਂ ਦੀ ਟੱਕਰ ਹੋਈ ਹੈ ਤਾਂ ਸਰਹੰਦ ਦੇ ਵਿੱਚ ਇਹ ਵੱਡਾ ਰੇਲ ਹਾਦਸਾ ਹੋਇਆ ਜਿੱਥੇ ਕਿ ਇੱਕ ਮਾਲ ਗੱਡੀ ਪਹਿਲਾਂ ਤਾਂ ਡੀਰੇਲ ਹੁੰਦੀ ਹੈ ਅਤੇ ਡੀਰੇਲ ਹੋਣ ਤੋਂ ਬਾਅਦ ਇੱਕ ਸਮਰ ਸਪੈਸ਼ਲ ਟ੍ਰੇਨ ਜਾਰੀ ਹੁੰਦੀ ਹੈ ਉਸਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ ਮਾਲ ਗੱਡੀ ਦਾ ਜੋ ਪਾਇਲਟ ਹੈ ਅਤੇ ਸਮਰ ਸਪੈਸ਼ਲ ਟ੍ਰੇਨ ਦਾ ਪਾਇਲਟ ਹੈ ਦੋਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਦੋਵਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਜੋ ਮਾਲ ਗੱਡੀ ਦਾ ਇੰਜਣ ਹੈ ਉਹ ਦੂਸਰੀ ਮਾਲ ਗੱਡੀ ਦੇ ਡੱਬਿਆਂ ਦੇ ਉੱਪਰ ਜਾ ਕੇ ਚੜ੍ਹ ਗਿਆ ਅਤੇ ਡੱਬੇ ਜੋ ਨੇ ਉਹ ਲਾਈਨ ਤੋਂ ਹੇਠਾਂ ਉਤਰ ਗਏ ਨੇ। ਤਾਂ ਸਰਹੰਦ ਦੇ ਵਿੱਚ ਇਹ ਵੱਡਾ ਰੇਲ ਹਾਦਸਾ ਵਾਪਰਿਆ ਜਿੱਥੇ ਕਿ ਦੋ ਟ੍ਰੇਨਾਂ ਦੀ ਆਪਸ 'ਚ ਟੱਕਰ ਹੋਈ ਹੈ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਇਹ ਟ੍ਰੇਨ ਸਰਹੰਦ ਦੇ ਸਟੇਸ਼ਨ 'ਤੇ ਪਹੁੰਚਣ ਲੱਗੀ ਤਾਂ ਪਹਿਲਾਂ ਆਊਟਰ ਦੇ ਉੱਤੇ ਖੜ੍ਹੀ ਟ੍ਰੇਨ ਦੇ ਨਾਲ ਇਸਦੀ ਟੱਕਰ ਹੋ ਜਾਂਦੀ ਹੈ। ਮਾਲ ਗੱਡੀ ਦੀ ਸਪੀਡ ਕਾਫੀ ਜ਼ਿਆਦਾ ਤੇਜ਼ ਦੱਸੀ ਜਾ ਰਹੀ ਹੈ ਜੋ ਕਿ ਪਹਿਲਾਂ ਡੀਰੇਲ ਹੁੰਦੀ ਹੈ। ਡੀਰੇਲ ਹੋਣ ਤੋਂ ਬਾਅਦ ਜੋ ਆਊਟਰ ਦੇ ਉੱਤੇ ਇੱਕ ਸਮਰ ਸਪੈਸ਼ਲ ਟ੍ਰੇਨ ਖੜ੍ਹੀ ਹੁੰਦੀ ਹੈ ਉਸਦੇ ਇੰਜਨ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਦੇ ਵਿੱਚ ਦੋਵਾਂ ਹੀ ਇੰਜਨ ਦੇ ਜੋ ਪਾਇਲਟ ਨੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਅਤੇ ਉਹਨਾਂ ਨੂੰ ਪਹਿਲਾਂ ਤਾਂ ਮੁੱਢਲੀ ਸਹਾਇਤਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਿਵਲ ਹੋਸਪਿਟਲ ਦੇ ਵਿੱਚ ਦਿੱਤੀ ਗਈ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਹਾਲਾਂਕਿ ਦੱਸ ਦਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਟ੍ਰੇਨ ਬਿਨਾਂ ਡੱਬਿਆਂ ਤੋਂ ਹੀ ਅੱਗੇ ਨਿਕਲ ਜਾਂਦੀ ਹੈ, ਡੱਬੇ ਜੋ ਨੇ ਉਹ ਰਾਹ ਦੇ ਵਿੱਚ ਖੁੱਲ੍ਹ ਜਾਂਦੇ ਨੇ। ਤਾਂ ਦੱਸ ਦਈਏ ਕਿ ਅਰਚਨਾ ਐਕਸਪ੍ਰੈਸ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਸਰਹੰਦ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਮਾਲ ਗੱਡੀ ਪਹਿਲਾਂ ਡੀਰੇਲ ਹੁੰਦੀ ਹੈ। ਡੀਰੇਲ ਹੋਣ ਤੋਂ ਬਾਅਦ ਜੋ ਇੰਜਨ ਹੈ ਮਾਲ ਗੱਡੀ ਦਾ ਜਾ ਕੇ ਸਿੱਧਾ ਹੀ ਸਮਰ ਸਪੈਸ਼ਲ ਟ੍ਰੇਨ ਜੋ ਹੁੰਦੀ ਹੈ ਉਸਦੇ ਇੰਜਨ ਦੇ ਨਾਲ ਟਕਰਾ ਜਾਂਦਾ ਹੈ ਜਿਸਦੇ ਕਾਰਨ ਕਈ ਲੋਕ ਦੱਸਿਆ ਜਾ ਰਿਹਾ ਕਿ ਇਸਦੇ ਵਿੱਚ ਜ਼ਖਮੀ ਵੀ ਹੋਏ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਸਰਹੰਦ ਦੇ ਵਿੱਚ ਇਹ ਵੱਡਾ ਰੇਲ ਹਾਦਸਾ ਵਾਪਰਿਆ। 3:30 ਵਜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ। ਫਿਲਹਾਲ ਮੌਕੇ ਦੇ ਉੱਤੇ ਰੈਸਕਿਊ ਟੀਮਾਂ ਪਹੁੰਚੀਆਂ ਨੇ ਅਤੇ ਮਾਮਲੇ ਦੀ ਜਾਂਚ ਵੀ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਸਰਹੰਦ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ, ਪੰਜਾਬ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਜਿੱਥੇ ਕਿ ਦੋ ਟ੍ਰੇਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਮਾਲ ਗੱਡੀ ਦਾ ਇੰਜਨ ਹੈ ਉਹ ਦੂਸਰੇ ਡੱਬਿਆਂ ਦੇ ਉੱਤੇ ਚੜ੍ਹ ਗਿਆ। ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਮਾਲ ਗੱਡੀ ਦਾ ਇੰਜਨ ਹੈ ਉਹ ਬਿਲਕੁਲ ਹੀ ਡੱਬਿਆਂ ਦੇ ਉੱਪਰ ਚੜਿਆ ਹੋਇਆ ਅਤੇ ਇਸ ਦੇ ਨਾਲ ਹੀ ਬਿਲਕੁਲ ਇੱਕ ਸਵਾਰੀ ਗੱਡੀ ਵੀ ਖੜ੍ਹੀ ਦਿਖਾਈ ਦੇ ਰਹੀ ਹੈ। ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਸਰਹੰਦ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਜਿਹੀ ਦੂਰੀ ਦੇ ਉੱਤੇ ਕਿਹਾ ਜਾ ਰਿਹਾ ਕਿ ਦੋ ਟ੍ਰੇਨਾਂ ਦੀ ਟੱਕਰ ਹੋਈ ਹੈ।